ऐ अल्लाह हम तेरी ही इबादत करते हैं और तुझी से मदद मांगते हैं। अस्सलाम वालेकुम दोस्तों, की हाल चाल है। मैं ਤੁਹਾਡਾ ਮੇਜ਼ਬਾਨ ਮੁਹੰਮਦ ਅਫਜ਼ਲ ਤੇ ਤੁਸੀਂ ਵੇਖਦੇ ਪਏ ਹੋ ਮੇਰਾ ਐਨੀਮਲ ਟੀਵੀ। ਮੇਰਾ ਐਨੀਮਲ ਟੀਵੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੁਕਰੀਆ। ਤੇ ਨਾਲ ਹੀ ਲੱਗੇ ਹੋਏ ਬੈਲ ਆਈਕਨ ਦੇ ਬਟਨ ਨੂੰ ਦਬਾਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਲੇਟੈਸਟ ਵੀਡੀਓ ਦੋਸਤਾਂ ਯਾਰਾਂ ਤੱਕ ਸਭ ਤੋਂ ਪਹਿਲੇ ਪਹੁੰਚੇ। ਜਨਾਬ ਮੇਰੀ ਦੁਆ ਹੈ, ਜਨਾਬ ਮੇਰੇ ਦੋਸਤ ਵੀਰ, ਮੇਰੇ ਸਬਸਕ੍ਰਾਈਬਰ ਜਿੱਥੇ ਵੀ ਜਨਾਬ ਵਸ ਰਹੇ ਨੇ, ਜਨਾਬ ਅੱਲਾਹ ਤਾਲਾ ਉਹਨਾਂ ਨੂੰ ਖੁਸ਼ ਰੱਖੇ, ਮੇਰੀ ਇਹ ਦੁਆ ਹੈ ਜਨਾਬ। ਬਾਕੀ ਜਨਾਬ ਅੱਜ ਤੋਹਫ਼ਾ ਲੈ ਕੇ ਹਾਜ਼ਰ ਹੋਇਆ, ਸਾਹੀਵਾਲ ਚੋਲਸਤਾਨੀ ਵੈੜੀ ਜਨਾਬ, ਘਰੇਲੂ ਵੈੜੀ। ਘਰੇਲੂ ਵੈੜੀ ਜਨਾਬ ਮੇਰਾ ਐਨੀਮਲ ਟੀਵੀ ਦਾ ਖਾਸਾ ਹੁੰਦਾ ਜਨਾਬ, ਇਹ ਦੋਸਤਾਂ ਨੂੰ ਪਤਾ ਹੈ। ਸਿਰਫ ਔਰ ਸਿਰਫ ਘਰੇਲੂ ਜਾਨਵਰ ਮੇਰਾ ਐਨੀਮਲ ਟੀਵੀ 'ਤੇ ਮਿਲਦਾ, ਉਹੀ ਜਨਾਬ ਰੀਤ ਰੂਟੀਨ ਦੇ ਮੁਤਾਬਕ ਅੱਜ ਵੀ ਦੋਸਤਾਂ ਵਾਸਤੇ ਸਾਹੀਵਾਲ ਚੋਲਸਤਾਨੀ ਵੈੜੀ ਲੈ ਕੇ ਹਾਜ਼ਰ ਹੋਏ ਹਾਂ, ਜਿਹੜੀ ਕਿ ਜਨਾਬ ਤੋਹਫ਼ਾ ਕੀ ਹੈ ਜਨਾਬ, ਮੂੰਹੋਂ ਜਨਾਬ 6 ਦੰਦ, ਔਰ ਜਨਾਬ ਤੋਹਫ਼ਾ ਹੈ ਪਿੱਛੇ ਜਨਾਬ ਇਹਦੇ ਵੱਛੀ ਹੈ, ਤਾਜ਼ਾ ਸੂਈ ਹੋਈ ਹੈ ਜਨਾਬ, ਮੂੰਹੋਂ ਜਨਾਬ 6 ਦੰਦ ਦੇ। ਦੋਸਤਾਂ ਦਿਖਾਵਾਂਗੇ, ਨਾਲ ਨਾਲ ਗੱਲਾਂ ਸਾਰੀਆਂ ਸ਼ੇਅਰ ਕਰਾਂਗੇ। ਬਾਕੀ ਵੈੜੀ ਦਿਖਾਉਣੇ ਲਿਆਓ ਜੀ, ਵੈੜੀ ਦਿਖਾਓ। ਇਹ ਮਾਸ਼ਾਅੱਲਾ ਦੋਸਤ ਵੀਰ ਵੇਖ ਲੈਣ, ਦੋਸਤਾਂ ਦੇ ਸਾਹਮਣੇ ਕੈਮਰੇ ਦੀ ਅੱਖ ਦੇ ਵਿੱਚ ਮਾਸ਼ਾਅੱਲਾ ਵੈੜੀ ਹਰ ਲਿਹਾਜ਼ ਨਾਲ। ਮੇਰਾ ਕੰਮ ਹੈ ਜਨਾਬ ਤਸੱਲੀਆਂ ਕਰਾਉਣਾ ਵੈੜੀ ਦੀ। ਹੁਣ ਦੱਸਦੇ ਜਾਈਏ ਜਨਾਬ ਸਾਰੀਆਂ ਨਿਸ਼ਾਨੀਆਂ। ਵੈੜੀ ਜਨਾਬ ਸਿਰੋਂ ਜਨਾਬ ਸਿੰਘ ਲੱਗਿਆ ਹੋਇਆ 3-3 ਉਂਗਲ ਦਾ, ਔਰ ਖੂਬਸੂਰਤ ਸਿੰਘ ਲੱਗਿਆ ਹੋਇਆ ਸਾਹੀਵਾਲ ਚੋਲਸਤਾਨੀ ਵੈੜੀ, ਚੋਲਸਤਾਨੀ ਝਾਲਰ। ਮਾਸ਼ਾਅੱਲਾ ਕੱਦ ਬੁੱਤ ਸੋਹਣਾ, ਮਾਸ਼ਾਅੱਲਾ ਲਾਮ ਸ਼ਾਮ ਪੂਰੀ, ਮਾਸ਼ਾਅੱਲਾ ਲੰਬੀ ਵੀ ਪੂਰੀ, ਔਰ ਖੂਨ ਪਿੱਤ ਵੀ ਪੂਰਾ ਵੈੜੀ ਦੇ ਉੱਤੇ। ਮਾਸ਼ਾਅੱਲਾ ਲਬਾਸ ਹਵਾਨਾ ਵੀ ਖੂਬਸੂਰਤ, ਥਣ ਵੀ ਕਾਲਾ ਸ਼ਾਹ ਲੱਗਿਆ ਹੈ ਵੈੜੀ ਨੂੰ। ਸਾਰੀਆਂ ਤਸੱਲੀਆਂ ਕਰਾਵਾਂਗੇ। ਪਿੱਛੇ ਜਨਾਬ ਵੱਛੀ ਹੈ, ਵੱਛੀ ਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੀ ਹੈ ਦੋਸਤਾਂ ਵੀਰਾਂ ਨੂੰ ਜਨਾਬ। ਬਾਕੀ ਲੈਣ ਦੇਣ ਨਸੀਬ ਹੁੰਦੇ ਨੇ, ਚੁਆਈ ਵਿੱਚ ਕਰਾਵਾਂਗੇ, ਲਾਈਵ ਚੁਆਈ ਕਰਾਵਾਂਗੇ ਹਾਜ਼ਰ ਮੌਕੇ। ਕਿੰਨਾ ਦੁੱਧ ਹੈ ਜਨਾਬ, 3 ਦਿਨ ਦੀ ਸੂਈ ਹੋਈ ਹੈ। ਬਾਕੀ ਜਨਾਬ ਸਾਰੀਆਂ ਗੱਲਾਂ ਸਾਹਮਣੇ ਆ ਜਾਣੀਆਂ ਨੇ ਦੋਸਤਾਂ ਵੀਰਾਂ ਦੇ। ਮੇਰਾ ਕੰਮ ਹੈ ਜਨਾਬ ਤਸੱਲੀ ਕਰਵਾਉਣਾ ਦੋਸਤਾਂ ਵੀਰਾਂ ਨੂੰ। ਬਾਕੀ ਲੈਣ ਦੇਣ ਨਸੀਬ ਹੁੰਦੇ ਨੇ ਜਨਾਬ, ਆਰਡਰ ਕੁਆਲਿਟੀ ਦੋਸਤਾਂ ਦੇ ਸਾਹਮਣੇ। ਮਾਸ਼ਾਅੱਲਾ ਇਹਨੂੰ ਛੱਡ ਕੇ ਟੋਰੋ ਜੀ, ਛੱਡ ਕੇ ਟੋਰੋ ਮੇਰਾ ਭਰਾ, ਫਿਰ ਉਸ ਤੋਂ ਬਾਅਦ ਵੱਛੀ ਦਿਖਾ ਦਿਆਂਗੇ। ਛੱਡ ਕੇ ਟੋਰੋ ਮੇਰਾ ਭਰਾ, ਨਹੀਂ ਵੱਛੀ ਨਹੀਂ ਟੋਰਨੀ, ਇੱਥੇ ਲਿਆਓ ਨਾ, ਇੱਧਰ ਲਿਆਓ, ਇੱਧਰ ਲਿਆਓ, ਇੱਧਰ ਲਿਆਓ, ਇੱਧਰ ਲਿਆਓ ਨਾ, ਅਸੀਂ ਲੰਬੀ ਟੋਰੋ, ਅਸੀਂ ਲੰਬੀ ਟੋਰੋ ਮੇਰਾ ਭਰਾ। ਦੋਸਤਾਂ ਦਿਖਾਈਏ ਤਸੱਲੀ ਨਾਲ ਨਾ ਜਾਨਵਰ। ਇਹ ਲਬਾਸ ਹਵਾਨਾ ਹੈ ਦੋਸਤਾਂ ਦੇ ਸਾਹਮਣੇ, ਮਾਸ਼ਾਅੱਲਾ ਸੋਹਣਾ ਆਰਡਰ ਕੁਆਲਿਟੀ ਰੱਖਦੀ, ਇਹਦੇ 'ਚ ਕੋਈ ਸ਼ੱਕ ਨਹੀਂ ਮਾਸ਼ਾਅੱਲਾ। ਔਰ ਥਣ ਵੀ ਲਾਜਵਾਬ ਲੱਗਿਆ ਹੈ, ਚੋਲਸਤਾਨ ਦਾ ਥਣ ਲੱਗਿਆ ਮਾਸ਼ਾਅੱਲਾ, ਲਾਜਵਾਬ ਥਣ ਲੱਗਿਆ ਇਹਦੇ 'ਚ ਕੋਈ ਸ਼ੱਕ ਨਹੀਂ ਮਾਸ਼ਾਅੱਲਾ। ਔਰ ਚਾਰੇ ਥਣ ਬੜੀਆਂ ਸੋਹਣੀਆਂ ਵਿਰਲਾਂ ਅਤੇ ਵੰਡਾਂ 'ਤੇ ਮਾਸ਼ਾਅੱਲਾ। ਬਾਕੀ ਤਾਂ ਜਨਾਬ ਤਸੱਲੀਆਂ ਕਰਵਾਉਣਾ ਮੇਰਾ ਕੰਮ ਹੁੰਦਾ ਹੈ, ਬਾਕੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ। ਲਿਆਓ ਵੱਛੀ ਦੇ ਕੋਲ, ਲਿਆਓ ਕੋਈ ਗੱਲ ਨਹੀਂ, ਵੱਛੀ ਦੇ ਕੋਲ ਲਿਆਓ, ਜਾਂ ਇਹਨੂੰ ਬਰਾਮਦੇ 'ਚ ਬੰਨੋ ਅਤੇ ਵੱਛੀ ਮੈਂ ਦਿਖਾਉਣਾ ਦੋਸਤਾਂ ਵੀਰਾਂ ਨੂੰ, ਲਿਆਓ। ਇਹ ਜਨਾਬ ਵੱਛੀ ਹੈ, ਵੱਛੀ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ। ਮਾਸ਼ਾਅੱਲਾ ਵੱਛੀ ਵੀ ਚੋਲਸਤਾਨੀ ਕ੍ਰਾਸ ਦੇ ਵਿੱਚ, ਮਾਸ਼ਾਅੱਲਾ ਨਸਲ ਚੰਗੀ ਲੱਗ ਰਹੀ ਹੈ ਵੱਛੀ ਦੀ। ਮਾਸ਼ਾਅੱਲਾ ਇਹਦੇ ਦੇਖੋ ਨਾ, ਆਪਣਾ ਥਣ ਕਾਲੇ ਨੇ, ਦੇਖੋ ਹਾਂ ਮੇਰਾ ਭਰਾ, ਵੱਛੀ ਨਸਲ ਜ਼ਾਤ ਦੀ ਤਾਂ ਚੰਗੀ ਲੱਗ ਰਹੀ ਹੈ, ਨਹੀਂ ਲਾਲ ਨੇ, ਚਲੋ ਕੋਈ ਗੱਲ ਨਹੀਂ ਜਨਾਬ, ਵੱਛੀ ਚੰਗੀ ਹੈ ਨਸਲ ਜ਼ਾਤ ਦੀ ਚੋਲਸਤਾਨੀ ਕ੍ਰਾਸ ਦੇ ਵਿੱਚ। ਬਾਕੀ ਵੈੜੀ ਦਿਖਾ ਦਿੱਤੀ ਦੋਸਤਾਂ ਨੂੰ,
ਚੁਆਈ ਕਰਾਵਾਂਗੇ, ਲਾਈਵ ਚੁਆਈ ਕਰਾਵਾਂਗੇ, ਤਸੱਲੀਆਂ ਕਰਾਵਾਂਗੇ। ਆਰਡਰ ਕੁਆਲਿਟੀ ਵੀ ਚੰਗਾ ਰੱਖਦੀ ਹੈ ਵਹਿੜੀ, ਮਾਸ਼ਾਅੱਲਾ। ਜਿੰਨੀ ਕੁ ਵਹਿੜੀ ਖੁਦ ਜਨਾਬ ਉਨਾ ਹੀ ਲਿਬਾਸ ਵਾਨਾ ਚੰਗਾ ਰੱਖਿਆ ਹੈ ਮਾਸ਼ਾਅੱਲਾ ਵਹਿੜੀ ਨੇ। ਔਰ ਬਾਕੀ ਚੁਆਈ ਵਿੱਚ ਕਰਾਵਾਂਗੇ, ਚੁਆਈ ਕਰਾ ਕੇ ਦੋਸਤਾਂ ਮੇਰਾ ਨੂੰ ਤਸੱਲੀ ਕਰਵਾਵਾਂਗੇ, ਤਸੱਲੀ ਦੋਸਤਾਂ ਦੀ ਅਤੇ ਸਾਡੀ ਤਸੱਲੀ। ਬਾਕੀ ਲੈਣੇ ਦੇਣੇ ਨਸੀਬ ਹੁੰਦੇ ਨੇ। ਛੱਡੋ ਬੱਚਾ, ਵੱਛੀ ਛੱਡੋ, ਵੱਛੀ ਛੱਡੋ ਮੇਰਾ ਭਰਾ, ਚੁਆਈ ਕਰਾਈਏ ਦੋਸਤਾਂ ਮੇਰਾ ਨੂੰ। ਔਰ ਘਰੇਲੂ ਵਹਿੜੀਏ, ਘਰੇਲੂ ਜਾਨਵਰ ਮੇਰਾ ਐਨੀਮਲ ਟੀਵੀ ਦਾ ਜਨਾਬ ਖਾਸਾ ਹੈ, ਔਰ ਸਿਰਫ ਘਰੇਲੂ ਜਾਨਵਰ ਮੇਰਾ ਐਨੀਮਲ ਟੀਵੀ 'ਤੇ ਹੀ ਮਿਲਦਾ। ਪਿਸ਼ਾਬ ਕਰ ਲਿਆਂਦੇ, ਚਲੋ ਲਾਓ 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 ਵੰਗਾ ਲਾਓ, ਕੋਈ ਗੱਲ ਨਹੀਂ, ਮਾਸ਼ਾਅੱਲਾ। ਅਸੀਰ ਸ਼ਰਾਫ ਜਨਾਬ, ਸਿਰਫ ਸਾਨੂੰ ਵੇਖ ਕੇ ਥੋੜ੍ਹਾ ਜਿਹਾ ਵਹਿੜੀ ਘਬਰਾ ਰਹੀ ਹੈ ਅਸੀਂ, ਕਿਉਂਕਿ ਸਟਿੱਕ ਕੈਮਰਾ, ਮੇਰਾ ਕੈਮਰਾਮੈਨ, ਦੋ ਬੰਦੇ, ਫਿਰ ਚੋਣ ਵਾਲਾ, ਉਹ ਵਹਿੜਾ ਵਹਿੜੀ ਹੈ ਜਿਹੜੀ ਜਾਨਵਰ ਥੋੜ੍ਹਾ ਜਿਹਾ ਘਬਰਾ ਜਾਂਦਾ। ਬਾਕੀ ਇੱਧਰ ਦੇਖੋ ਨਾ ਭਾਈ ਜਾਨ, ਕੀ ਨਾਮ ਹੈ ਭਾਈ ਜਾਨ? ਮੁਹੰਮਦ ਮੁਨੀਰ ਜੀ। ਮੁਹੰਮਦ ਮੁਨੀਰ ਭਾਈ, ਅਸੀਲ ਸ਼ਰਾਫ ਹੈ? ਅਸੀਲ ਸ਼ਰਾਫ ਆ, ਪਹਿਲਾਂ ਸੂਆ ਮੇਰੇ ਘਰ ਸੂਈ ਆ। ਪੱਕੀ ਗੱਲ ਹੈ ਨਾ, ਅਸੀਲ ਹੈ ਨਾ? ਚਲੋ ਮੇਰਾ ਭਰਾ ਚਵਾਈ ਕਰੋ, ਬਸ ਅਸੀਲ ਹੋਵੇ ਮੇਰਾ ਭਰਾ, ਦੁੱਧ ਦਾ ਕਿਲੋ ਦਾ ਵਾਧਾ ਘਾਟਾ ਹੋ ਜਾਵੇ, ਕੋਈ ਗੱਲ ਨਹੀਂ। ਬਾਕੀ ਜਾਨਵਰ ਤਸੱਲੀ ਗਰੰਟੀ ਵਾਲਾ ਸੁੱਚਾ ਅਤੇ ਖਰਾ ਜਾਣਾ ਚਾਹੀਦਾ, ਦੁੱਧ ਕਿਲੋ ਦਾ ਵਾਧਾ ਘਾਟਾ ਕੋਈ ਮਸਲਾ ਨਹੀਂ, ਬਰਦਾਸ਼ਤ ਹੁੰਦਾ। ਜਾਨਵਰ ਖੋਟਾ ਨਾ ਜਾਏ ਜਿੱਥੇ ਵੀ ਜਾਏ, ਜਾਨਵਰ ਖਰਾ ਸੁੱਚਾ ਜਾਏ ਅਤੇ ਅੱਲਾ ਦੇ ਹੁਕਮ ਦੇ ਨਾਲ ਗਾਹਕ ਵੀ ਬਣਦਾ, ਔਰ ਲੈਣ ਵਾਲਾ ਅੱਲਾ ਦੇ ਫਜ਼ਲ ਦੇ ਨਾਲ ਦੁਆਵਾਂ ਦਿੰਦਾ। ਬਾਕੀ ਨਸੀਬਾਂ ਦੀਆਂ ਗੱਲਾਂ ਹੁੰਦੀਆਂ ਨੇ। ਵੱਛੀ ਮਾਸ਼ਾਅੱਲਾ ਮੈਨੂੰ ਵੀ ਬਹੁਤ ਅੱਛੀ ਲੱਗੀ, ਬੜੇ ਮੇਰੇ ਦਿਲ ਲੱਗੀ ਵੱਛੀ। ਇੱਕ ਗਾਂ ਨਹੀਂ ਜਨਾਬ, ਫਿਰ ਉਹੀ ਗੱਲ ਜਨਾਬ, ਇੱਕ ਗਾਂ ਨਹੀਂ ਦੋ ਗਾਵਾਂ ਅੱਲਾ ਦੇ ਫਜ਼ਲ ਦੇ ਨਾਲ। ਪਿੱਛੋਂ ਜੀ ਦਿਖਾਈਏ ਇਹਦਾ ਪਸਮਾ, ਮਾਸ਼ਾਅੱਲਾ ਦੋਸਤ ਵੀਰ ਚੈੱਕ ਕਰ ਲੈਣ ਪਸਮਾ, ਥੋੜ੍ਹਾ ਵੈਡੀ ਨੂੰ ਇਹਨ ਕਰ ਦਿੰਦੇ ਕਿ ਇੱਥੇ ਖੜੀ ਰਹੇ। ਚਲੋ ਚਲੋ ਚੋਵੋ ਚੋਵੋ ਮੇਰਾ ਭਰਾ, ਬਾਲਟੀ ਦਿਖਾ ਦੇ ਮੇਰਾ ਭਰਾ, ਅਤੇ ਚੋਵੋ ਜਿਹਨੇ ਚੋਣੀ ਚੋਵੋ। ਚਲੋ ਕੋਈ ਗੱਲ ਨਹੀਂ, ਚਾਰੇ ਥਾਣਾ ਦੀ ਧਾਰਾਂ ਚੈੱਕ ਕਰਾ ਦੇ, ਮੈਂ ਇੱਧਰਲੇ ਪਾਸੇ ਬਹਿ ਜਾਂਦੀ। ਠਹਿਰ ਜਾ ਠਹਿਰ ਜਾ ਠਹਿਰ ਜਾ, ਹਾਂ ਚੋਵੋ ਇਹ ਬਹਿਣੀ ਵਾਲਾ ਅਗਲਾ ਥਾਣਾ ਜੀ, ਬਹਿਣੀ ਵਾਲਾ ਅਗਲਾ ਜੀ, ਹਾਂ ਜੀ ਆਹ ਬਹਿਣੀ ਵਾਲਾ ਪਿਛਲਾ ਜੀ, ਅਨਬਹਿਣੀ ਵਾਲਾ ਪਿਛਲਾ ਜੀ, ਬਹਿਣੀ ਵਾਲਾ ਅਗਲਾ ਜੀ। ਮਾਸ਼ਾਅੱਲਾ ਸੋਹਣਾ ਚਵਾਏ, ਕੋਈ ਸ਼ੱਕ ਨਹੀਂ ਜਨਾਬ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ। ਚੋ ਮੇਰਾ ਭਰਾ, ਜਿਵੇਂ ਤੇਰਾ ਦਿਲ ਕਰਦਾ ਉਵੇਂ ਚੋ। ਬਾਲਟੀ ਸਿੱਧੀ ਥੱਲੇ ਰੱਖ ਲੈ, ਬਾਲਟੀ ਸਿੱਧੀ ਕਰਕੇ ਰੱਖ ਲੈ, ਸਿੱਧੀ ਕਰ ਲੈ ਨਾ ਥੱਲੇ। ਅੱਛਾ ਤੂੰ ਚਾਹੁੰਦਾ ਹੀ ਇਵੇਂ? ਅੱਛਾ ਤੇਰੀ ਆਦਤ ਇੱਦਾਂ, ਚੋ ਚੋ ਮੇਰਾ ਭਰਾ।
ਠੀਕ ਹੈ ਠੀਕ ਹੈ ਠੀਕ ਹੈ ਦੂਸਰੇ ਥਾਂ ਚੋ ਬਸ ਠੀਕ ਹੈ ਮੱਛੀ ਦਾ ਵੀ ਛੱਡਣਾ ਚਲੋ ਜੀ ਵੱਛੀ ਦਾ ਛੱਡ ਦਿਓ ਬਸ ਕਰੋ ਵੱਛੀ ਦਾ ਛੱਡ ਦਿਓ ਇੱਥੇ ਰੱਖੋ ਬਾਲਟੀ ਇੱਥੇ ਵੱਛੀ ਨੂੰ ਛੱਡੋ ਜੀ ਕੰਡਾ ਲਾਓ ਜੀ ਆਹ ਦੇਖ ਲਓ ਹਾਂ ਠੀਕ ਕੰਡਾ ਲਾਓ ਗੜਵੀ ਲਿਆਓ ਨਾ ਗੜਵੀ ਪਕੜੋ ਫਿਰ ਵੱਡੀ ਬਾਲਟੀ ਚ ਪਾ ਕੋਈ ਗੱਲ ਨੀ ਕੋਈ ਗੱਲ ਨੀ ਮੱਛੀ ਨੂੰ ਪੀਣ ਦਿਓ ਰੱਜਣ ਦਿਓ ਮੱਛੀ ਨੂੰ ਮਿਲ ਯਾਰ ਹਾਂ ਠੀਕ ਹੈ ਉਹਨਾਂ ਕਰਕੇ ਪਾਈ ਆ ਇੱਕ ਜਿੱਥੇ ਕਿਲੋ ਕਿਹਾ ਨਾ ਉੱਥੇ ਪਾਈ ਆ ਇੱਥੇ ਦੋ ਤਿੰਨ ਚਾਰ ਵਿੱਚ ਕਰ ਲੈਣੇ ਪੰਜ ਛੇ ਸਾਢੇ ਛੇ ਛੇ ਕਿਲੋ ਲਾਓ ਕੋਈ ਗੱਲ ਨੀ ਮੱਛੀ ਨੂੰ ਰੱਜ ਲੈਣ ਦਿਓ ਕੋਈ ਗੱਲ ਨੀ ਮਾਸ਼ਾਅੱਲਾ ਨਾ ਨੁੱਚੜ ਗਈ ਪਹਿਲੇ ਵੀ ਦੋਸਤਾਂ ਵੀਰਾਂ ਨੇ ਵੇਖੀ ਮਾਸ਼ਾਅੱਲਾ ਨਾ ਨੁੱਚੜ ਗਈ ਬਿਲਕੁਲ ਨਾਲ ਲੱਗ ਗਈ ਮਾਸ਼ਾਅੱਲਾ ਨਾ ਬਾਕੀ ਹੁਣ ਮਾਲਕ ਦੀ ਜ਼ਬਾਨੀ ਸੁਣਾ ਦਿੰਦੇ ਆ ਦੋਸਤਾਂ ਵੀਰਾਂ ਚੰਗਾ ਭਲਾ ਹਾਂ ਦੁੱਧ ਮੱਛੀ ਮਾਸ਼ਾਅੱਲਾ ਰੱਜ ਲੈਣ ਦਿਓ ਮੱਛੀ ਨੂੰ ਕੋਈ ਗੱਲ ਰੱਜਣ ਦਿਓ ਮੱਛੀ ਨੂੰ ਪਕੜੋ ਜੀ ਭਾਈ ਮਨੀਰ ਇੱਧਰ ਆਓ ਜੀ
ਹੁਣ ਦੂਸਰਾ ਸੂਆ ਕੀ ਦੁੱਧ ਕਿੰਨਾ ਕਰੇਗੀ? ਤਕਰੀਬਨ ਇਨਸ਼ਾਅੱਲਾ 14-15 ਕਿਲੋ ਆਰਾਮ ਨਾਲ ਕਰੇਗੀ, ਪੱਕੀ ਗੱਲ ਹੈ। ਤੇ ਸੂਈ ਕਿੰਨੇ ਦਿਨਾਂ ਦੀ? ਸੂਈ ਨੂੰ ਤੀਸਰਾ ਦਿਨ ਹੈ ਜੀ, ਤੀਸਰਾ ਦਿਨ। ਤੇ ਇਹਦਾ ਪਿਆਰ ਮੁਹੱਬਤ ਵਾਲਾ ਮੇਰਾ ਭਰਾ ਮੁੱਲ ਵੀ ਦੱਸ ਦੇ, ਜਿਸ ਤਰ੍ਹਾਂ ਬਾਕੀ ਗੱਲਾਂ ਅੱਛੀਆਂ ਕੀਤੀਆਂ ਨੇ। ਪਿਆਰ ਮੁਹੱਬਤ ਨਾਲ ਇਹਦਾ ਮੁੱਲ ਹੈ ਜੀ 1.5 ਲੱਖ ਰੁਪਇਆ। 1.5 ਲੱਖ ਰੁਪਏ, 1,50,000 ਰੁਪਏ। ਵਪਾਰੀਆਂ ਵਾਲਾ ਅਸੀਂ ਮੁੱਲ ਕੋਈ ਨਹੀਂ ਕਰਦੇ ਜੀ ਜੀ, ਇਹਨੇ ਵੀ ਆਪਾਂ ਦੇਣੀ ਆ ਪਿਆਰ ਮੁਹੱਬਤ। ਇਹਦੇ ਵਿੱਚ ਪਿਆਰ ਮੁਹੱਬਤ ਹੋ ਜਾਏਗਾ ਦੋਸਤਾਂ ਨੂੰ, ਜਿਹੜਾ ਤੂੰ ਕਰਨਾ ਕਰ ਸਕਦਾ। ਚਲੋ, ਬੜੀ ਬੜੀ ਮਿਹਰਬਾਨੀ। ਲਓ ਜੀ ਦੋਸਤੋ ਵੀਰੋ, 1,50,000 ਰੁਪਇਆ ਰੇਟ ਹੈ, ਮਾਲਕ ਦੀ ਡਿਮਾਂਡ ਹੈ, ਜਾਇਜ਼ ਮੁਨਾਸਿਬ ਰੇਟ ਹੈ। 1,50,000 ਰੁਪਇਆ ਦੁੱਧ ਸਾਹਮਣੇ ਆ ਗਿਆ, ਵਹਿੜੀ ਸਾਹਮਣੇ, ਵਹਿੜੀ ਦੇ ਮਗਰ ਵੱਛੀ ਹੈ ਜਨਾਬ, ਸਾਰੀਆਂ ਗੱਲਾਂ ਦੋਸਤਾਂ ਦੇ ਸਾਹਮਣੇ ਨੇ। 1,50,000 ਰੁਪਇਆ ਵਹਿੜੀ ਦੇ ਪੈਰਾਂ ਦੀ ਕੀਮਤ ਹੈ, ਖੁਰਾਂ ਦਾ ਮੁੱਲ ਹੈ, ਵਹਿੜੀ ਦਾ ਮੁੱਲ ਨਹੀਂ, ਵਹਿੜੀ ਦੇ ਪੈਰਾਂ ਦਾ ਮੁੱਲ ਹੈ, ਬਾਕੀ ਲੈਣ ਦੇ ਨੇ ਨਸੀਬ ਜਨਾਬ। ਮੇਰੀ ਅੱਜ ਵਾਲੀ ਵੀਡੀਓ ਦੋਸਤਾਂ ਵੀਰਾਂ ਨੂੰ ਪਸੰਦ ਆਵੇ, ਲਾਈਕ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜਨਾਬ। ਫਿਰ ਮਿਲਾਂਗੇ ਇੱਕ ਅੱਛੀ ਔਰ ਨਯਾਬ ਵੀਡੀਓ ਦੇ ਨਾਲ। ਇਸ ਵੀਡੀਓ ਦੇ ਨਾਲ ਆਪਣੇ ਮੇਜ਼ਬਾਨ ਮੁਹੰਮਦ ਅਫਜ਼ਲ ਨੂੰ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ। ਤੇ ਵੱਛੀ ਫਿਰ ਦਿਖਾ ਦਿਓ ਜਨਾਬ ਕਿ ਰੱਜ ਗਈ ਹੈ, ਔਰ ਦੁੱਧ ਵਹਿੜੀ ਥੱਲੇ ਹੋਰ ਖੜਾ ਹੈ, ਪਿਛਲੇ ਥਣਾਂ 'ਚੋਂ ਚਾਹੇ ਕਿਲੋ ਦੁੱਧ ਹੋਰ ਚੋ ਲਈਏ ਪਿਛਲੇ ਥਣਾਂ 'ਚੋਂ, ਔਰ ਗੱਲ ਨਹੀਂ ਜਨਾਬ, ਤਸੱਲੀ ਹੈ ਮੈਨੂੰ ਵੀ, ਮੈਂ ਉੱਪਰ ਖੜਾ ਪਿਛਲੇ ਥਣਾਂ 'ਚੋਂ ਜਨਾਬ, ਚਾਹੇ ਕਿਲੋ ਹੋਰ ਕੱਢ ਲਈਏ ਪਿਛਲੇ ਥਣ, ਵੇਖ ਸਕਦੇ ਦੋਸਤ ਵੀਰ ਹੋਰ ਚੁਆਈ ਹੋ ਸਕਦੀ ਹੈ। ਵਹਿੜੀ ਕੋਲ ਦੁੱਧ ਮਾਸ਼ਾਅੱਲਾ 7-8 ਕਿਲੋ ਪੱਕਾ ਦੁੱਧ ਹਾਜ਼ਰ ਮੌਕੇ, ਤੀਸਰੇ ਦਿਨ ਦੀ ਸੂਈ ਹੋਈ ਹੈਗਾ, ਤਾਰਾ ਥੱਲੇ ਦੁੱਧ ਨਾ ਮਾਰੋ ਮੇਰਾ ਭਰਾ, ਵਹਿੜੀ ਮਾਸ਼ਾਅੱਲਾ ਦੁੱਧ ਵਾਲੀ ਹੈ, ਔਰ ਵੱਛੀ ਰੱਜ ਗਈ ਹੈ, ਬਾਕੀ ਲੈਣ ਦੇ ਨਸੀਬ ਜਨਾਬ। ਅੱਲਾ ਹਾਫਿਜ਼ ਜਨਾਬ।